ਘੰਟੇ ਦਿੱਤੇ ਗਏ ਬਾਕੀ 5 ਮਿੰਟ ਪੁਆਇੰਟ ਦੇਣ ਕੇ ਲੰਬਰ ਮਾਂ ਜੀ ਨੋਟ ਕਰ ਲਿਓ 20 ਮਿੰਟ ਦਾ ਟਾਈਮ ਖੁੱਲਾ ਹੈ ਆਓ ਕਮਲ ਜੀ ਤੇ ਡੂਮ ਛੇੜੀ ਰਵੀ ਮੇਰਾ ਜਲਦੀ ਨਾ ਵਿੱਚ ਆਵੇ ਕਮਲ ਹਾਂ ਲਗੋਟ ਪਾਓ ਕਮਲ ਜੀ ਵਿੱਚ ਆਵੇ ਬੇਨਤੀ ਹੈ ਭਰਾਵਾਂ ਨੂੰ ਕਮਲ ਜੀ ਡੂਮ ਛੇੜੀ ਵਿੱਚ ਆਵੇ ਬਹੁਤ ਜ਼ਿਆਦੇ ਦੇ ਨਾਲ ਅੱਜ ਸਿਰਾ ਕੁਸ਼ਤੀਆਂ ਜਿਹੜੀਆਂ ਚੱਲਣ ਲੱਗੀਆਂ ਨੇ ਇੱਕ ਪਾਸੇ ਆ ਲਵਪ੍ਰੀਤ ਖੰਨਾ ਚੜ੍ਹਦੀ ਬਰੇਜ ਦਾ ਮਾਲਾ ਹੈ ਆ ਦੂਸਰੇ ਪਾਸੇ ਹਾਥੀ ਆਰਾਮ ਤੋਂ ਚੱਲ ਕੇ ਆਇਆ ਐ ਚੋਟੀ ਦੇ ਮੱਲਾਂ 'ਚ ਨਾਮਣਾ ਹੈ ਦਾ ਸਤਿਕਾਰ ਕੀਤਾ ਬੋਲਦਾ ਇਹਨਾਂ ਪਰਿਵਾਰਾਂ ਦਾ ਜਿਨ੍ਹਾਂ ਵੱਲੋਂ ਸਹਿਯੋਗ ਵੱਡਿਆ ਕੌਣ ਜਿੱਤੂ ਕੌਣ ਹਾਰੂ ਗੱਲਾਂ ਸਮਝਦੀਆਂ ਕਿ ਕਿਹਨੇ ਜਿੱਤਣਾ ਕਿਹਨੇ ਹਾਰਨਾ ਨਾਮ ਜਿੱਤ ਵੱਲ ਆਉਂਦਾ ਇਕੱਲੇ ਦਾ ਆਹ ਕੁਸ਼ਤੀ ਜਿੱਤਣ ਲਈ ਮਜੀਦ ਆ ਜ਼ੋਰ ਲਾਉਣਾ ਪੈਂਦਾ ਹੱਲੇ ਦਾ ਆਹ ਹੱਲੇ ਵੱਜਣੇ ਆ ਕੁਸ਼ਤੀ ਦੇ ਵਿੱਚ ਲਾ ਸਾਹਮਣੇ ਦੇਖਾਂਗੇ ਹਾਥੀ ਆਰਾਮ ਆ ਆਹ ਦੂਸਰੇ ਪਾਸੇ ਲਵਪ੍ਰੀਤ ਖੰਨਾ ਆਹ ਚੜ੍ਹਦੀ ਬੇਸ ਦੇ ਮਾਲ ਨੇ ਦੋਨੇ ਸੱਤ ਆਹ ਲਵਪ੍ਰੀਤ ਵੀ ਤਜਰਬੇਕਾਰ ਹੈ ਕਿ ਆਹ ਕੇ ਵਿੱਚ ਮੈਦਾਨ ਦੇ ਗੱਭਰੂ ਦੁੱਲੇ ਸ਼ੇਰ ਲਾਉਂਦੇ ਪੰਡਾਂ ਉੱਤੇ ਥਾਪੀਆਂ ਹੁੰਦੇ ਸਾਨਾ ਵਰਗੇ ਭੇੜ ਆ ਸਾਨਾ ਦੇ ਭੇੜਾ ਅੱਜ ਕਹਿੰਦੇ ਲੱਲੀਆਂ ਦੀ ਧਰਤੀ ਦੇ ਵਿੱਚ ਕਮਲ ਜੀ ਡੂਮ ਛੜੀ ਵਿੱਚ ਆਵੇ ਸਾਥ ਲੇਟ ਆਪਾਂ ਆ ਇੱਕ ਕੁਸ਼ਤੀ ਕਹਿੰਦੇ ਮੋਟਰਸਾਈਕਲਾਂ ਵਾਲੀ ਸ਼ੁਰੂ ਹੋ ਚੁੱਕੀ ਹੈ ਮਾਤਰ ਲੇਖਰਾਜ ਜੀ ਦੇ ਵੱਡੇ ਭਾਈ ਸਾਹਿਬ ਸੂਬੇਦਾਰ ਚੰਨ ਰਾਮ ਜੀ ਦੇ ਬੇਟੇ ਅਨੂਪ ਕੁਮਾਰ ਮਨੀਲਾ ਤੋਂ ਜਿਨ੍ਹਾਂ ਵੱਲੋਂ ਪਲਟੀਨਾ ਮੋਟਰਸਾਈਕਲ ਦਿੱਤਾ ਗਿਆ ਤੇ ਸਰਬਜੀਤ ਸਿੰਘ ਸਾਨੂੰ ਪਲਵਿੰਦਰ ਸਿੰਘ ਭਤੀਜਾ ਸਰਬਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਸਪਲੈਂਡਰ ਮੋਟਰਸਾਈਕਲ ਦਿੱਤਾ ਗਿਆ ਦੋ ਮੋਟਰਸਾਈਕਲਾਂ ਦੀ ਆ ਕੁਸ਼ਤੀ ਚੱਲਦੀ ਤੇ ਮਰਸਡੀ ਦੇ ਵਾਈਪਰ ਵਾਂਗ ਚੱਲਦੀਆਂ ਵਾ ਲਾਵੀ ਚੰਨੀ ਸਿੰਘ ਤੇ ਨਾਲ ਲੱਗੀ ਬਾਈ ਹੁਣਾਂ ਵੱਲੋਂ 1100 ਰੁਪਇਆ ਹੋ ਗਿਆ ਜੇ ਲਵਪ੍ਰੀਤ ਮਾਲਕ ਕੁਸ਼ਤੀ ਜਿੱਤਦਾ ਇੱਕ ਵਾਰ ਤਾੜੀਆਂ ਮਾਰ ਦਿਓ ਕੁਸ਼ਤੀ ਬੜੇ ਟੌਪ ਦੀ ਚੱਲ ਰਹੀ ਹੈ ਆ ਦੋਨਾਂ ਮੱਲਾਂ ਦੇ ਦਰਮਿਆਨ ਯੁੱਧ ਚੱਲਦਾ ਹੈ ਕਮਲਜੀਤ ਡੂਮ ਛੜੀ ਰਾਜਾ ਭਲਵਾਨ ਜੀ ਕਿਰਪਾ ਹੀ ਸਮਝੀ ਆਪਾਂ ਹਲਾ ਭਲਵਾਨ ਜੀ ਕਰਿਓ ਫੋਨ ਆਪਾਂ ਲੇਟ ਆ ਬੜੀ ਟੌਪ ਦੀ ਕੁਸ਼ਤੀ ਚੱਲ ਪਈ ਦੂਸਰੀ ਨਾਲੇ ਸ਼ੁਰੂ ਕਰਾ ਦੇਣੀ ਕਿਉਂਕਿ ਪੱਟੀ ਵਾਲਾ ਤਿਆਰ ਹੈ ਨਾਲੇ ਮੈਂ ਬੇਨਤੀ ਕਰਾਂ ਰੋਜ਼ ਦੀ RCF ਨਾਲੇ ਤਿਆਰੀ ਕਰ ਲਵੇ ਮਿਹਰਬਾਨੀ ਕਰਕੇ ਕਿ ਜੰਮੇ ਵਿੱਚ ਪੰਜਾਬ ਦੇ ਜੜ ਸੰਡੀ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਲਓ ਕੁਸ਼ਤੀ ਕਹਿੰਦੇ ਬਹੁਤ ਟੌਪ ਦੀ ਚੱਲ ਰਹੀ ਹੈ ਦੋ ਮੋਟਰਸਾਈਕਲਾਂ ਤੇ ਜੰਮੇ ਵਿੱਚ ਪੰਜਾਬ ਦੇ ਜੜ ਸੱਡੀ ਗੱਲ ਕਿਸੇ ਪੰਜਾਬੀ ਦੇ ਨਾਲ ਕਰ ਲਓ ਸਤਲੁਜ ਜੇਹਲਮ ਬਿਆਸ ਦੇ ਨਾਲ ਚਾਰੇ ਰਾਵੀ ਚਾਰਾਂ ਦੀ ਭੈਣ ਦਾ ਖਿਆਲ ਕਰ ਲਓ ਪਾਣੀ ਪੀ ਕੇ ਧਰਤ ਪੰਜਾਬ ਦੀ ਦਾ ਗੈਰਤਮੰਦ ਪੰਜਾਬ ਦੀ ਭਾਲ ਕਰ ਲਓ ਖਰੇ ਪਰੇਸਾਂ ਖਰੇ ਤਰ੍ਹਾਂ ਕੇ ਬੱਚੇ ਬੱਚੇ ਕੋਲੋਂ ਪੁੱਛ ਪੜਤਾਲ ਕਰ ਲਓ ਤਾਂ ਛੋਟੇ ਬੱਚਿਆਂ ਤੋਂ ਸ਼ੁਰੂਆਤ ਕੀਤੀ ਆ ਤੇ ਅੱਜ ਕਹਿੰਦੇ ਪੰਜਾਬੀ ਲਾਈਵ TV ਰਾਹੀਂ ਐਨ ਐਂਡ ਹੋਣ ਵਾਲੀਆਂ ਗੱਲਾਂ ਦੁਨੀਆ ਦੇ ਚੋਟੀ ਦੇ ਮੱਲ ਬੁਲਾਏ ਹੋਏ ਹੈ ਲਓ ਸਾਹਮਣੇ ਦੇਖਾਂਗੇ ਕੌਣ ਜਿੱਤੂ ਕੌਣ ਹਾਰੂ ਗੱਲਾਂ ਸਮਝਦੀਆਂ ਤੰਗ ਸਾਊਂਡ ਰਾਹੀਂ ਛੋਟੀ ਜਿਹੀ ਆਵਾਜ਼ ਤੁਹਾਡੇ ਤੱਕ ਪਹੁੰਚਾਈ ਹੈ ਸਾਊਂਡ ਦਾ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਹੈ ਇੱਕ ਪਾਸੇ ਲਵਪ੍ਰੀਤ ਖੰਨਾ ਆ ਦੂਸਰੇ ਪਾਸੇ ਹਾਥੀ ਆਰਾਮ ਨਾਲ ਇਸ ਵਾਰ ਜਿਨ੍ਹਾਂ ਦੇ ਦਰਮਿਆਨ ਕੁਸ਼ਤੀ ਚੱਲ ਰਹੀ ਹੈ ਮਾਰੋ ਦਾ ਕੁਝ ਮੱਲੋ ਸ਼ਾਬਾਸ਼ ਆਓ ਅਗਲੀ ਕੁਸ਼ਤੀ ਕਮਲ ਜੀ ਡੂਮਛੜੀ ਨੂੰ ਬੇਨਤੀ ਆ ਵੀ ਵਿੱਚ ਆ ਜੀ ਆਪਾਂ ਨਾਲੇ ਕੁਸ਼ਤੀਆਂ ਦੀ ਸ਼ੁਰੂਆਤ ਕਰਾਉਣੀ ਆਪਾਂ ਲੇਟ ਆ ਕਿ ਵੇਖ ਫਰੀ ਤਾਂ ਮਿੱਟੀ ਖੁੱਲੀ ਮਿੱਟੀ ਉੱਤੇ ਮਿੱਟੀ ਡੁੱਲੀ ਮਿੱਟੀ ਅਸੇ ਮਿੱਟੀ ਰਵੇ ਅੰਤ ਮਿੱਟੀ ਦਾ ਮਿੱਟੀ ਹੋਵੇ ਨਾ ਕਰ ਬੰਦਿਆ ਮੇਰੀ ਮੇਰੀ ਨਾ ਏ ਤੇਰੀ ਨਾ ਏ ਮੇਰੀ ਚਾਰ ਦਿਨਾਂ ਦਾ ਮੇਲਾ ਦੁਨੀਆ ਫਿਰ ਮਿੱਟੀ ਦਾ ਬਣ ਜਾਣਾ ਢੇਰੀ ਬਹੁਤ ਬਹੁਤ ਧੰਨਵਾਦ ਸਰਦਾਰ ਸੁਰਜੀਤ ਸਿੰਘ ਸੀਤਾ ਜੀ ਜਿਨ੍ਹਾਂ ਵੱਲੋਂ 500 ਰੁਪਏ ਦੇ ਵੱਡੇ ਮਾਨਸਮਾ ਬੋਲਾਂ ਦੇ ਪੁੱਜਦੇ ਹੋਏ ਆ ਅਸੀਂ ਸਤਿਕਾਰ ਰੱਖਦੇ ਹਾਂ ਕਿਉਂਕਿ ਜਿੰਨੇ ਭਰਾ ਨੇ ਕਿੰਦੇ ਭਰਾ ਨੇ ਕੋਈ ਵੀ ਨਗਰ ਨਹੀਂ ਨਾਲ ਕੋਕੇ ਨਹੀਂ ਛੱਡਿਆ ਕਿਉਂਕਿ 3 ਮਹੀਨੇ ਤੋਂ ਲਗਾਤਾਰ ਐਡਵਰਟਾਈਜ ਕਰਾਈ ਆ ਨਗਰ ਦੇ ਇਹਨਾਂ ਕੁਸ਼ਤੀਆਂ ਦੇ ਲਈ ਭਰਾਵਾਂ ਦਾ ਇੱਕ ਪਿਆਰ ਹੁੰਦਾ ਵੀ ਬਾਬਾ ਕਿ ਨਗਰਾਂ ਜਾ ਕੇ ਮੱਲਾਂ ਦੇ ਨਾਲ ਇੱਕ ਪਿਆਰ ਕਰਨਾ ਲਾ ਉੱਪਰਲੇ ਪਾਸੇ ਰਾਣ ਵਾਲਾ ਹਾਥੀ ਇੱਕ ਵਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਆਹ ਕੁਸ਼ਤੀ ਦਾ ਕੁਝ ਵੀ ਹੋ ਸਕਦਾ ਅਮਰਪਾਲ ਜੀ ਮਾਰੋ ਨਿਗਾਹ ਆਹ ਗੋਦੀ ਚੱਕ ਲੈ ਸੁਰੱਖਿਆ ਯਾਰ ਮਹਿੰਦੀ ਵਾਲੇ ਪੈਰ ਮੰਜ ਗਏ ਪਰ ਇੱਧਰਲੇ ਪਾਸੇ ਰਾਣ ਵਾਲੇ ਨੇ ਬੜੇ ਬੜਿਆਂ ਨੂੰ ਵਕਤ ਪਾਇਆ ਪਿਆ ਕਿ ਬੇਹਿੰਮਤੇ ਸ਼ਿਕਵੇ ਕਰਨ ਮੁਕੰਦਰਾਂ ਦੇ ਆਹ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ ਜੇ ਕੁਸ਼ਤੀ ਦਾ ਸਵਾਦ ਆ ਰਿਹਾ ਨਾ ਇੱਕ ਵਾਰ ਤਾੜੀ ਮਾਰ ਦਿਓ ਅਮਰਪਾਲ ਜੀ ਘੁੰਮ ਫਿਰ ਕੇ ਆਪਾਂ ਆਨੰਦ ਲਈਏ ਘੁੰਮ ਫਿਰ ਕੇ ਆਨੰਦ ਲਈਏ ਆਹ ਕੁਸ਼ਤੀ ਕਹਿੰਦੇ ਸਿਰਾ ਚੱਲ ਰਹੀ ਹੈ ਇੱਕ ਪਾਸੇ ਹਾਥੀ ਰਾਨ ਆਹ ਦੂਸਰੇ ਪਾਸੇ ਕਹਿੰਦੇ ਲਵਪ੍ਰੀਤ ਖੰਨਾ ਜਿਨ੍ਹਾਂ ਦੇ ਦਰਮਿਆਨ ਬੜੀ ਚੋਟੀ ਦੀ ਕੁਸ਼ਤੀ ਚੱਲ ਰਹੀ ਹੈ ਲਓ ਮੈਂ ਬੇਨਤੀ ਕਰਾਂ ਅਗਲੀ ਕੁਸ਼ਤੀ ਵਾਲੇ ਮਾਲਕ ਕਮਲਜੀਤ ਸਿੰਘ ਆ ਜਾ ਵਿੱਚ ਸੈਂਟਰ ਚ ਲਿਆਓ ਯਾਰ ਇੱਧਰ ਸਾਡੇ ਦੱਸ ਨਹੀਂ ਰਹੇ ਨੇ ਵੀਰਾਂ ਨੂੰ ਜ਼ਿੰਦਗੀ ਦਾ ਮਾਣ ਆ ਟੌਪ ਦੇ ਜਿਹੜੇ ਖਿਡਾਰੀ ਮਾਲਕ ਨੇ ਦਿੱਤੇ ਸਤਿਕਾਰ ਕੀਤਾ ਬੋਲਦਾ ਨਾ ਭਰਾਵਾਂ ਦਾ ਲਾ ਹਾਥੀ ਰਾਨ ਤੇ ਦੂਸਰੇ ਪਾਸੇ ਲਵਪ੍ਰੀਤ ਖੰਨਾ ਜਿਨ੍ਹਾਂ ਦੇ ਦਰਮਿਆਨ ਕੁਸ਼ਤੀ ਦਾ ਯੁੱਧ ਚੱਲ ਰਿਹਾ ਹੈ ਲਾ ਸਤਿਕਾਰ ਕੀਤਾ ਬੋਲਦਾ ਇੱਕ ਇੱਕ ਪਰਿਵਾਰ ਨੇ ਵੱਡੇ ਪਿਆਰ ਦਿੱਤੇ ਆ ਜਿਨ੍ਹਾਂ ਭਰਾਵਾਂ ਦਾ ਮਾਣ ਹੋਇਆ ਲਾ ਸਾਹਮਣੇ ਕਹਿੰਦੇ ਲਵਪ੍ਰੀਤ ਖੰਨਾ ਤੇ ਹਾਥੀ ਰਾਨ ਦੇ ਦਰਮਿਆਨ ਆਹ ਕੁਸ਼ਤੀ ਦਾ ਯੁੱਧ ਚੱਲ ਰਿਹਾ ਵੇ ਕਮਲ ਸਿੰਘ ਵਿੱਚ ਆ ਜਾ ਆਪਾਂ ਲੇਟ ਆ ਡੀਸ਼ੇ
ਬਈ ਇੰਨਾ ਟਾਈਮ ਨਾ ਲਓ ਯਾਰ ਆਪਾਂ ਪਲੇਟਾਂ ਬਹੁਤ ਵੱਡੀਆਂ ਕੁਸ਼ਤੀਆਂ ਦੋ ਹਜੇ ਬਾਕੀ ਆ ਜਦੋਂ ਸ਼ਾਮ ਸੰਧੂਰੀ ਹੋ ਜਾਣਾ ਤੇ ਸੂਰਜ ਦੇਵਤਾ ਤੇ ਬਾਲੀ ਜੀ ਆਸ ਨਾ ਰੱਖਿਓ ਕਦੋਂ ਹਨੇਰਾ ਹੋ ਜਾਣਾ ਨਾ ਇੱਧਰ ਸਤਿਕਾਰ ਕੀਤਾ ਬੋਲਦਾ ਆ ਕੁਸ਼ਤੀ ਕਹਿੰਦੇ ਮਾਸਟਰ ਲੇਖਰਾਜ ਜੀ ਦੇ ਵੱਡੇ ਭਾਈ ਸਾਹਿਬ ਸੂਬੇ ਦਾ ਚੰਨਨ ਰਾਮ ਜੀ ਦੇ ਬੇਟੇ ਅਨੂਪ ਕੁਮਾਰ ਮਨੀਲਾ ਜੀ ਜਿਹਨਾਂ ਵੱਲੋਂ ਪੱਟੀ ਨਾ ਮੋਟਰ ਦਿੱਤਾ ਗਿਆ ਸਰਬਜੀਤ ਸਿੰਘ ਸਾਨੂੰ ਪਲਵਿੰਦਰ ਸਿੰਘ ਜੀ ਭਤੀਜਾ ਸਰਦਾਰ ਸੁਰਜੀਤ ਸਿੰਘ ਜੀ ਦੇ ਪਰਿਵਾਰ ਵੱਲੋਂ ਆਹ ਕਹਿੰਦੇ ਸਪਲੈਂਡਰ ਮੋਟਰਸਾਈਕਲ ਦਿੱਤਾ ਗਿਆ ਦੋ ਮੀਟਰ ਮੋਟਰਸਾਈਕਲਾਂ ਦੀ ਕੁਸ਼ਤੀ ਜਿਹੜੀ ਇਸ ਵੇਲੇ ਸਮੁੱਚੇ ਨਗਰ ਦੇ ਵਿੱਚ ਚੱਲ ਰਹੀ ਹੈ ਲੱਲੀਆਂ ਦੀ ਧਰਤੀ ਦੇ ਵਿੱਚ ਆਹ ਕੌਣ ਜਿੱਤੂ ਕੌਣ ਉਹਨੂੰ ਗੱਲਾਂ ਸਮਝਦੀਆਂ ਕਿ ਚੜੀ ਹੋਵੇ ਸਿਖਰ ਜਵਾਨੀ ਹੱਡਾਂ ਵਿੱਚ ਰਚੀ ਹੋਵੇ ਪਹਿਲਵਾਨੀ ਹੋਵੇ ਵੱਡੀ ਜੋੜ ਦਾ ਦੰਗਲ ਸਿਰ ਗਾਡਰ ਕੀ ਸੰਗਲ ਤੋੜ ਤੇ ਬਾਹੂ ਬਲਾਂ ਨੇ ਰਾਜੇ ਕਿਲੇ ਟੁੱਟਦੇ ਨੀ ਇਤਿਹਾਸ ਇਹਨਾਂ ਮੰਨਾਂ ਦੇ ਅੱਜ ਕਹਿੰਦੇ ਇਤਿਹਾਸ ਰਚਿਆ ਜਾਣਾ ਸਮੁੱਚੇ ਨਗਰ ਲੱਲੀਆਂ ਦੀ ਧਰਤੀ ਦੇ ਬਈ ਬੜੀ ਚੋਟੀ ਦੇ ਮਨ ਪੁੱਜੇ ਹੋਏ ਆ ਰੰਗਲੇ ਪੰਜਾਬ ਦੀ ਸਰਦਾਰੀਆਂ ਦੇ ਵਿੱਚੋਂ ਜਿੰਨੇ ਵੀ ਭਰਾ ਪੁੱਜੇ ਹੋਏ ਆ ਔਰ ਕੱਲੇ ਕੱਲੇ ਚਿਹਰੇ ਦਾ ਬਹੁਤ ਵੱਡਾ ਧੰਨਵਾਦ ਰੰਗ ਬਿਰੰਗੀਆਂ ਪੁਸ਼ਾਕਾਂ ਦੇ ਵਿੱਚ ਜਿੰਨੀਆਂ ਵੀ ਮਾਤਾਵਾਂ ਭੈਣਾਂ ਨੇ ਅੱਜ ਦੇ ਸ਼ਹੀਦ ਮੇਲੇ ਨੂੰ ਸਹਿਯੋਗ ਦਿੱਤਾ ਸਾਰੇ ਵੀਰਾਂ ਦਾ ਵੱਡਾ ਸਤਿਕਾਰ ਕੀਤਾ ਜਾ ਰਿਹਾ ਹਾਦੀ ਰਾਨ ਤੇ ਦੂਸਰੇ ਪਾਸੇ ਕਹਿੰਦੇ ਲਵਪ੍ਰੀਤ ਖੰਨਾ ਇਹਦੇ ਦਰਮਿਆਨ ਕੁਸ਼ਤੀ ਬੜੇ ਟੌਪ ਦੀ ਚੱਲਦੀ ਹੋਈ ਖਿਲਾਰ ਕੇ ਕਦਮਾਂ ਪੇ ਕਲੰਦਰ ਨਹੀਂ ਗਿਰਤਾ ਟੂਟੇ ਜੋ ਸਤਾਰਾ ਜ਼ਮੀਨ ਪੇ ਨਹੀਂ ਗਿਰਤਾ ਗਿਰਤੇ ਹੈ ਬੜੇ ਸ਼ੌਕ ਸੇ ਸਮੁੰਦਰ ਮੇਂ ਦਰਿਆ ਲੇਕਿਨ ਕਿਸੀ ਦਰਿਆ ਮੇਂ ਸਮੁੰਦਰ ਨਹੀਂ ਗਿਰਤਾ ਆਹ ਮੰਨਾਂ ਨੇ ਕਹਿੰਦੇ ਬੜੇ ਬੜਿਆਂ ਨੂੰ ਵਕਤ ਪਾਇਆ ਅੱਜ ਨਾਮ ਨੇ ਬੋਲਦੇ ਆ ਤਾਂ ਸਤਿਕਾਰ ਕੀ ਦਉਂਦੇ ਇਹਨਾਂ ਪਰਿਵਾਰਾਂ ਦਾ ਕਮਲ ਸਿੰਘ ਬਹੁਤ ਜ਼ਿਆਦਾ ਟਾਈਮ ਲੈ ਲਿਆ ਸਾਹ ਤੋਂ ਪਿਛੇ ਤਾਂ ਕੌਣ ਆਇਆ ਜਿਹਨੂੰ ਲੋਕ ਫਕੀਰੀ ਰੂਹ ਦੇ ਨਾਮ ਦੇ ਨਾਲ ਮੰਨਦੇ ਆ ਲਾ ਵੀ ਜਿਹੜੇ ਜਿਹੜੇ ਪਰਮਿੰਦਰ ਸਾਹ ਨੂੰ ਪਿਆਰ ਕਰਦੇ ਇੱਕ ਵਾਰ ਤਾੜੀਆਂ ਮਾਰ ਦਿਓ ਤਾਂ ਵੱਡਾ ਮਲ ਆਇਆ ਲੈ ਸਾਹ ਜੀ ਆਇਓ 10 ਕਦਮ ਅੱਗੇ ਚੱਲ ਕੇ ਇੱਕ ਵਾਰ ਫਤਿਹ ਸਾਹ ਜੁਣੀ ਚਾਹੀਦੀ ਨਾ ਸਾਰੇ ਚਿਹਰਿਆਂ ਦੇ ਨਾਲ ਲੈ ਕਹਿੰਦੇ ਭਾਜੀ ਲਿਆਈ ਮੈਂ ਇਸ ਸਥਾਨ ਨੂੰ ਜਿਸ ਭਰਾ ਨੇ ਕਹਿੰਦੇ 24-25 ਸਾਲ ਆ ਝੰਡੀਆਂ ਤੇ ਰਾਜ ਕੀਤਾ ਲੈ ਵੀ ਰੁਸਤਮਿੰਦ ਭਰਾ ਨਾਲ ਇੱਕ ਵਾਰ ਤਾੜੀਆਂ ਮਾਰ ਦਿਓ ਜੋੜਾ ਬਲਵਿੰਦਰ ਭਾਜੀ ਦੇ ਲਈ ਆ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਸਤਿਕਾਰ ਜੋ ਚਿਹਰਾ ਪੁੱਜਾ ਅਸੀਂ ਜੀ ਆਇਆਂ ਨੂੰ ਆਖਾਂਗੇ ਸ਼ਖਸੀਅਤ ਜਿਸ ਸ਼ਖਸੀਅਤ ਨੇ ਬਹੁਤ ਵੱਡਾ ਪਿਆਰ ਦਿੱਤਾ ਤੇ ਸਾਰੀ ਜ਼ਿੰਦਗੀ ਮੱਲੀ ਦੇ ਖੇਤੇ ਲਾਈ ਹੈ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਇਧਰਲੇ ਪਾਸੇ ਹਾਦੀ ਓਹੋ ਆਹ ਬੱਲੇ ਬੱਲੇ ਹੋ ਗਈ ਆ ਇਹਨੂੰ ਕੀ ਕਹਿੰਦੇ ਆ ਹੈਰਾਨ ਵਾਲਿਓ ਮਾਰ ਬੋਲਿਓ ਤਾੜੀਆਂ ਮਾਰ ਦਿਓ ਸਾਰਾ ਮੇਲਾ ਤੂੰ ਲੁੱਟਿਆ ਆਹ ਤੈਨੂੰ ਵੀ ਕਿਸੇ ਨੇ ਲੁੱਟ ਲੈਣਾ ਹਾਂਜੀ ਤੇਜਿੰਦਰ ਸਿੰਘ ਜੀ।